ਸਵਾਦ ਪਾਲਕ ਦੀ ਤਰ੍ਹਾਂ ਹੁੰਦਾ ਅਤੇ ਇਸ ਨੂੰ ਦੋਸਤੋ ਕਾਲੀ ਮਿਰਚ ਆਦਿ ਦੇ ਨਾਲ ਪਕਾ ਕੇ ਚੰਗੀ ਤਰ੍ਹਾਂ ਉਸਦੀ ਦਵਾਈ ਤਿਆਰ ਕਰਦੇ ਨੇ ਜੋ ਕਿ ਬਵਾਸੀਰ ਤੋਂ ਜੋ ਖੂਨ ਵਗਣਾ ਸ਼ੁਰੂ ਹੋ ਜਾਂਦਾ ਗੁਲਦਸਤਿਆਂ ਦੇ ਵਿੱਚ ਵੀ ਇਹਦੇ ਫਲਾਵਰਾਂ ਨੂੰ ਇਸਦੀ ਟਹਿਣੀ ਤੋਂ ਵੱਖ ਕਰਕੇ ਗੁਲਦਸਤਿਆਂ ਦੇ ਵਿੱਚ ਸਜਾ ਕੇ ਪੇਸ਼ ਕੀਤਾ ਜਾਂਦਾ। ਬਿਜਾਈ ਦੀ ਗੱਲ ਕਰੀਏ ਜਿਵੇਂ ਕਿ ਅਸੀਂ ਪਹਿਲੀ ਵਾਰ ਇਸ ਨੂੰ ਆਪ ਹੀ ਉੱਗ ਪੈਂਦੇ ਨੇ, ਦੁਬਾਰਾ ਲਗਾਉਣ ਦਾ ਸਾਨੂੰ ਲੋੜ ਵੀ ਨਹੀਂ ਪੈਂਦੀ। ਦੋਸਤੋ ਰੈੱਡ ਕਲਰ ਦੇ ਚਟਾਕ ਆਉਣੇ ਸ਼ੁਰੂ ਹੋ ਜਾਂਦੇ ਨੇ, ਜਿਹੜੀ ਲੈਂਥ ਆ 4 ਤੋਂ 5 ਫੁੱਟ ਤੱਕ ਵੱਧ ਜਾਂਦੀ ਆ। ਜੇਕਰ ਜਿਹੜੇ ਵਿਗਿਆਨਕ ਨਾਮ ਨੇ ਸੈਲੋਸ਼ੀਆ ਅਰਜੈਂਟਾ ਅਤੇ ਸੈਲੋਸ਼ੀਆ ਸਪੀਕਟਮ ਦੇ ਨਾਮ ਦਿੱਤੇ ਗਏ ਨੇ ਇਸਨੂੰ। ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗਾ ਕੁੱਕੜ ਦੀਆਂ ਕਲਗੀਆਂ ਵਾਲੇ ਫੁੱਲ, ਜੋ ਕਿ ਬਹੁਤ ਹੀ ਸੋਹਣੇ ਲੱਗਦੇ ਆ ਵੇਖਣ ਦੇ ਵਿੱਚ। ਬਹੁਤ ਹੀ ਜ਼ਿਆਦਾ ਫੁੱਲ ਹੁੰਦੇ ਆ, ਫਲਾਵਰ ਹੁੰਦੇ ਆ, ਅਤੇ ਜਿੱਦਾਂ ਆਪਾਂ ਘਰਾਂ ਦੇ ਵਿੱਚ ਕੁੱਕੜ ਰੱਖੇ ਹੁੰਦੇ ਆ ਉਸੇ ਤਰ੍ਹਾਂ ਉਹਨਾਂ ਦੀ ਉੱਪਰ ਕਲਗੀ ਬਣੀ ਹੁੰਦੀ ਹੈ। ਅਤੇ ਕਲਗੀ ਦੀ ਤਰ੍ਹਾਂ ਜਿਹੜਾ ਦੋਸਤੋ ਇਹ ਫਲਾਵਰ ਜਿਹੜਾ ਇਹਨਾਂ ਦਾ ਡਿਜ਼ਾਇਨ ਬਣਿਆ ਹੁੰਦਾ ਕੁਦਰਤ ਦੇ ਵੱਲੋਂ। ਅਤੇ ਆਓ ਦੇਖਦੇ ਹਾਂ। ਦੋਸਤੋ ਭਾਰਤ ਪੰਜਾਬ ਦੇ ਵਿੱਚ ਇਸ ਨੂੰ ਕੁੱਕੜ ਕਲਗੀ ਅਤੇ ਮਖਮਲੀ ਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ। ਅਤੇ ਜੇਕਰ ਦੋਸਤੋ ਤੁਹਾਡੇ ਗਾਰਡਨ ਦੇ ਵਿੱਚ ਇਹ ਫਲਾਵਰ ਪਲਾਂਟ ਲੱਗਿਆ ਹੋਇਆ ਤਾਂ ਤੁਹਾਨੂੰ ਵੇਖ ਕੇ ਅਤੇ ਟੱਚ ਕਰਕੇ ਪਤਾ ਲੱਗ ਜਾਣਾ ਇਸ ਫਲਾਵਰ ਦਾ ਨਾਮ। ਵੇਖ ਕੇ ਦੋਸਤੋ ਜਿਵੇਂ ਕਿ ਕੁੱਕੜ ਦੀ ਕਲਗੀ ਹੁੰਦੀ ਆ, ਅਤੇ ਟੱਚ ਕਰਕੇ ਦੋਸਤੋ ਇਹਦਾ ਜਿਹੜਾ ਫਲਾਵਰ ਆ ਬਹੁਤ ਹੀ ਮਖਮਲ ਹੁੰਦਾ। ਜਦ ਤੁਸੀਂ ਹੱਥਾਂ ਦੇ ਨਾਲ ਟੱਚ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਮੁਲਾਇਮ ਲੱਗਣਾ ਇਸ ਦਾ ਫਲਾਵਰ, ਅਤੇ ਇਸ ਕਰਕੇ ਇਸ ਨੂੰ ਮਖਮਲੀ ਫੁੱਲ ਵੀ ਕਿਹਾ ਜਾਂਦਾ। ਅੰਗਰੇਜ਼ੀ ਦੇਸ਼ਾਂ ਦੇ ਵਿੱਚ ਦੋਸਤੋ ਗੱਲ ਕਰੀਏ ਇਸ ਫਲਾਵਰ ਪਲਾਂਟ ਦੀ ਤਾਂ ਇਸ ਨੂੰ ਸੈਲੋਸ਼ੀਆ ਦੇ ਨਾਮ ਨਾਲ ਜਾਣਿਆ ਜਾਂਦਾ ਅਤੇ ਕੋਕਸਕੋਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਵਿਗਿਆਨਕ ਨਾਵਾਂ ਦੀ ਗੱਲ ਕਰੀਏ ਤਾਂ ਦੋਸਤੋ ਇਸਦੇ ਜਿਹੜੇ ਵਿਗਿਆਨਕ ਨਾਮ ਨੇ ਸੈਲੋਸ਼ੀਆ ਅਰਜੈਂਟਾ ਅਤੇ ਸੈਲੋਸ਼ੀਆ ਸਪੀਕਟਮ ਦੇ ਨਾਮ ਦਿੱਤੇ ਗਏ ਨੇ ਇਸ ਨੂੰ। ਦੋਸਤੋ ਜੇਕਰ ਤੁਸੀਂ ਜ਼ਮੀਨ ਦੇ ਵਿੱਚ ਇਸ ਪਲਾਂਟ ਨੂੰ ਲਗਾਉਂਦੇ ਹੋ ਤਾਂ ਜਿਵੇਂ ਕਿ ਮੈਂ ਆਪਣੇ ਗਾਰਡਨ ਦੇ ਵਿੱਚ ਤੁਹਾਨੂੰ ਦਿਖਾਉਂਦਾ ਹਾਂ ਨੀਚੇ ਤੋਂ ਲੈ ਕੇ ਉੱਪਰ ਤੱਕ ਇਸ ਦੀ ਲੈਂਥ, ਅਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਦੀ ਜਿਹੜੀ ਲੈਂਥ ਆ 4 ਤੋਂ 5 ਫੁੱਟ ਤੱਕ ਵੱਧ ਜਾਂਦੀ ਆ। ਜੇਕਰ ਜ਼ਮੀਨ ਦੇ ਵਿੱਚ ਲਗਾਉਣ ਤੋਂ ਬਾਅਦ ਇਸ ਦੀ ਤੁਸੀਂ ਚੰਗੀ ਤਰ੍ਹਾਂ ਦੇਖਭਾਲ ਕਰਦੇ ਹੋ। ਅਤੇ ਦੋਸਤੋ ਜੇਕਰ ਅਸੀਂ ਇਸ ਪਲਾਂਟ ਦੀ ਚੌੜਾਈ ਦੀ ਗੱਲ ਕਰੀਏ ਤਾਂ 2.5 ਤੋਂ 3 ਫੁੱਟ ਤੱਕ ਇਹਦਾ ਚੌੜਾਈ ਦਾ ਘੇਰਾ ਚਲਾ ਜਾਂਦਾ ਹੈ। ਅਤੇ ਦੋਸਤੋ ਜੇਕਰ ਅਸੀਂ ਗੱਲ ਕਰੀਏ ਗਮਲਿਆਂ ਦੀ ਜਾਂ ਸੀਮੈਂਟ ਵਾਲੇ ਬਲੋਕ ਹੁੰਦੇ ਆ ਉਹਨਾਂ ਦੇ ਵਿੱਚ ਲਗਾਉਂਦੇ ਹਾਂ ਤਾਂ ਇਹਨੂੰ ਜਿਹੜੀ ਵਧਣ ਦੇ ਲਈ ਓਨੀ ਜਗ੍ਹਾ ਓਨਾ ਸਾਈਜ਼ ਨਹੀਂ ਮਿਲ ਪਾਉਂਦਾ। ਇਸ ਲਈ ਦੋਸਤੋ ਇਹ ਪਲਾਂਟ ਜਿਹੜੇ 2.5 ਫੁੱਟ ਜਾਂ 2 ਫੁੱਟ ਤੱਕ ਹੀ ਰਹਿ ਜਾਂਦੇ ਨੇ, ਛੋਟੇ ਰਹਿ ਜਾਂਦੇ ਆ, ਫਲਾਵਰਾਂ ਦਾ ਸਾਈਜ਼ ਵੀ ਘੱਟ ਜਾਂਦਾ। ਅਤੇ ਇਸ ਕਰਕੇ ਦੋਸਤੋ ਜੇਕਰ ਤੁਹਾਡੇ ਜ਼ਮੀਨ ਵਾਲੀ ਜਗ੍ਹਾ ਹੈ ਤਾਂ ਇਸ ਨੂੰ ਜ਼ਮੀਨ ਦੇ ਵਿੱਚ ਲਗਾਓ, ਜ਼ਿਆਦਾ ਬੈਨੀਫਿਟ ਆ। ਅਤੇ ਜੇਕਰ ਦੋਸਤੋ ਇੰਨੀ ਜਗ੍ਹਾ ਨਹੀਂ ਹੈ ਤਾਂ ਤੁਸੀਂ ਗਮਲਿਆਂ ਦੇ ਵਿੱਚ ਲਗਾ ਕੇ ਤਾਂ ਇਸ ਨੂੰ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਗਮਲਿਆਂ ਦੇ ਵਿੱਚ ਵੀ ਬਹੁਤ ਸੋਹਣੇ ਲੱਗਦੇ ਆ ਪਰ ਸਾਈਜ਼ ਘੱਟ ਰਹਿ ਜਾਂਦਾ। ਜਿਵੇਂ ਕਿ ਤੁਹਾਨੂੰ ਇਹ ਸੀਮੈਂਟ ਵਾਲੇ ਤੁਸੀਂ ਬਲੋਕ ਵੇਖ ਸਕਦੇ ਹੋ ਦੋਸਤੋ, ਇਹ ਜਦੋਂ ਲਗਾਏ ਸੀ ਤਾਂ ਪਨੀਰੀ ਇੰਨੀ ਇੰਨੀ ਸੀ, ਅਤੇ ਫਲਾਵਰ ਆਉਣ ਤੋਂ ਬਾਅਦ ਦੀ ਵੀਡੀਓ ਵੀ ਤੁਸੀਂ ਇਹ ਦੇਖ ਸਕਦੇ ਹੋ, ਇਹ ਸਿਰਫ ਇੰਨੀ ਕੁ ਹੀ ਰਹਿ ਗਈ ਆ। ਇਹ ਇਦੋਂ ਜ਼ਿਆਦਾ ਫਲਾਵਰ ਨਹੀਂ ਵੱਧ ਸਕੇ, ਸਿਰਫ ਇੱਥੋਂ ਤੱਕ ਹੀ ਖੜ ਕੇ ਰਹਿ ਗਏ ਆ ਕਿਉਂਕਿ ਨੀਚੇ ਦੋਸਤੋ ਇਹਨਾਂ ਦੀਆਂ ਜੜ੍ਹਾਂ ਨਹੀਂ ਵੱਧ ਸਕੀਆਂ। ਜ਼ਮੀਨ 'ਚ ਇਹਨਾਂ ਨੂੰ ਜੜ੍ਹਾਂ ਵਧਣ ਦੇ ਲਈ ਖੁੱਲ੍ਹੀ ਜਗ੍ਹਾ ਮਿਲ ਜਾਂਦੀ ਆ। ਦੋਸਤੋ ਇਸ ਫਲਾਵਰ ਪਲਾਂਟ ਦੇ ਵਿੱਚ ਅਜੀਬੋ ਅਜੀਬ ਖਾਸੀਅਤ ਇਹ ਹੈ ਕਿ ਜਦੋਂ ਅਸੀਂ ਇਸਦੀ ਪਨੀਰੀ ਨੂੰ ਲਗਾਉਂਦੇ ਹਾਂ ਅਤੇ ਜਿਵੇਂ ਜਿਵੇਂ ਇਹ ਪਲਾਂਟ ਵੱਡਾ ਹੁੰਦਾ ਜਾਂਦਾ ਹੈ ਤਾਂ ਇਸਦੇ ਪੱਤਿਆਂ ਦੇ ਵਿੱਚ ਦੋਸਤੋ ਰੈੱਡ ਕਲਰ ਦੇ ਚਟਾਕ ਆਉਣੇ ਸ਼ੁਰੂ ਹੋ ਜਾਂਦੇ ਨੇ, ਅਤੇ ਜਿਹੜੇ ਇਸ ਫਲਾਵਰ ਨੂੰ ਪਲਾਂਟ ਨੂੰ ਬਹੁਤ ਜ਼ਿਆਦਾ ਬਿਊਟੀਫੁੱਲ ਸੁੰਦਰ ਬਣਾ ਦਿੰਦੇ ਨੇ ਫਲਾਵਰ ਆਉਣ ਤੋਂ ਪਹਿਲਾਂ ਹੀ। ਦੂਸਰੀ ਦੋਸਤੋ ਖਾਸੀਅਤ ਅਜੀਬ ਗੱਲ ਇਹ ਹੈ
कि इहदे फलावर ज़्यादा देर तक रहिंदे ने। फलावर आउण तों बाद दोस्तो 3 महीने तो 4 महीने अते 5 महीने का समा भी इहदे फलावर कढ जांदे ने। ते अगली खासियत तो दोस्तो इहदे विच इह है कि इहदे जिहड़े बीज आ ओह ब्लैक कलर दे हुंदे आ, काले रंग दे हुंदे आ, बहुत ही ज़्यादा बरीक होंगे आ। तो ये जेड़े बीज आ दोस्तों जिथे ये प्लांट लग्या होंदा ते अगले सीजन दे विच दोस्तों उथे होर प्लांट अपने आप ही उग पैंदे ने, दोबारा लगाउण दा सानू लोड़ भी नहीं पैंदी। तो उस जगह ते बहुत ज़्यादा पनीरी हो जाती है, तो उसनू असी वख वख जगह ते लगा सकते हैं। दोस्तों जेकर असी इस दे सीजन की गल करिए, बिजाई की गल करिए, जिमें कि असी पहली बार इस जमीन दे विच लगाउण लगे हाँ, तो इसनों दोस्तों मिट्टी दे विच चंगी तरह रूड़ी का ढेर मिला लेना है, गोबर मिला लेना है। तो उस जगह पर असी फिर जिहड़े इहदे बीज बहुत बरीक होंदे, ज़्यादा डूंगे भी नहीं रखने होंदे, उपरली तह ते ही खिलार के मिट्टी दे विच चंगी तरह मिक्स कर देने होंदे आ। ते जगह जिहड़ी नवीं होनी चाहीदी है जगह दे विच। ते दोस्तों आम तौर पर यह हुंदा कि जिथे ये फ्लावर प्लांट पहला लग्या होया उत्थे इहदी पनीरी लगाउण दी सानूं लोड़ नहीं पैंदी, उस जगह तो बीज इहदे नीचे नूं डिगदे रहिंदे ते पनीरी अपने आप ही तैयार हो जाती है। तो इहदी पनीरी आ दोस्तों अगस्त तक तैयार हो जाती है। तो अगस्त दे विच इहदी पनीरी वख वख थावां ते लगा दित्ती जांदी आ। दोस्तों जेकर असीं इसदी देखभाल की गल करिए तां इह हुंदा जदों असीं बरसात दे महीनिआं दे विच जून जुलाई दे विच इहदी बिजाई कर दिंदे हाँ, अगस्त तक पनीरी तैयार हो जाती है। इहदी पनीरी दे विच दोस्तों जिहड़े नदीन उगदे आ उह नदीनां नूं सानूं चंगी तरह कढ़दे रहना चाहिदा है तां कि जिहड़ी प्लांट नूं कोई बीमारी ना होवे। ते दोस्तों अगली जिहड़ी देखभाल की गल करिए तां जदों इहदी पनीरी नूं असीं जिस जगह पर लगाउणा है उस जगह की चंगी तरह चोण कर लेनी चाहीदी है कि जमीन विच लगाउणा है तां किन्ना साइज़ जिहड़ा होना चाहीदा है, किन्नी डूंघाई होनी चाहीदी आ, क्योंकि जमीन दे विच ये हुंदा दोस्तों सानू ज़्यादा कुछ करने की लोड़ नहीं हुंदी है, ज़्यादा लंबाई चढ़ाई देखने की लोड़ नहीं हुंदी है, क्योंकि पौधे ने अपने आप ही जमीन के नीचे चला जाना हुंदा। ते गमले का दोस्तों सानू आकार देखने की लोड़ हुंदी है, क्योंकि गमला दोस्तों ये हुंदा जड़ां ज़्यादा नहीं फैल सकदी, इसलिए गमला इहदे वास्ते दोस्तों ज़्यादा बड़ा रखोगे तुसीं तां ज़्यादा बेनीफिट होवेगा, जेकर दोस्तों छोटा गमला रखोगे तां इहने ज़्यादा नहीं वधना ते इहदा आकार छोटा रह जाना, इहदे फ्लावर भी छोटे रह जाने, इस करके इहनूं ज़्यादा जमीन विच लगाओगे तां ज़्यादा बेनीफिट है। ते गमले विच लगाउंदे दोस्तों गमले दा आकार है दोस्तों जिहड़ा 2 तों 3 फुट तक लंबाई जिहड़ी गमले दी होनी चाहीदी आ, ते 4 फुट जिहड़ी चौड़ाई होनी चाहीदी है। फिर इहदे जिहड़े प्लांट ने दोस्तों बहुत ही ज़्यादा फ्लावर आने, बहुत ज़्यादा इहदी लंबाई चढ़ाई होनी है, क्योंकि दोस्तों ये ज़्यादा जगह भालदा ये फ्लावर प्लांट। तो दोस्तों इहदी प्लांट की गुडाई मिट्टी की आपां गुडाई 2-3 दिन बाद करते रहना सानू जरूरत आ, ज़्यादा लंबा समा रखोगे तो मिट्टी ने ज़्यादा जकड़ जाना तो ये फ्लावर जा इन्हें ज़्यादा नहीं बढ़ना। तो दोस्तों अगली गल करिए इसकी देखभाल की, तो जदों ये फ्लावर आने शुरू होने होंगे तो ये पत्ते ग्रीन तो रैड कलर के जोड़े चटाक होंगे उन्होंने दोस्तों एक ग्रीन कलर की तो एक रैड कलर की मक्खी निके जे आकार की होंगी है जी, इस पत्ते दे नाल ही मिल जाती है, सानू ध्यान दे नाल देखना पैंदा, वो इस दे पत्ते खांदी रहिंदी आ, पत्तियां दे विच शेक कर दिंदी आ, फ्लावर आउण तों पहलां फ्लावरां नूं भी नुकसान करदी आ। ते उस मक्खी दा दोस्तों सानूं ध्यान रखना चाहीदा, ते सानूं ज़्यादा कोई स्प्रे करन दी लोड़ नहीं हुंदी, उस मक्खी नूं दोस्तों असीं अपने प्लांट तों हथ दे नाल ही पकड़ के वख कर सकदे हां इस प्लांट तों। तो दोस्तों जेकर मैं इस दियां किस्मां दी गल करां तां इस दियां किस्मां दे विच मैं दोस्तों हुण तक लाल, गुलाबी, संतरी, पीले, चिट्टे अते चांदी रंगे फ्लावर इस दे विच देख सकिया हाँ दोस्तों।
ਅਤੇ ਹੋਰ ਕਿਸਮਾਂ ਦੀ ਮੈਨੂੰ ਹਜੇ ਨਹੀਂ ਪਤਾ ਕਿਉਂਕਿ ਦੁਨੀਆ 'ਤੇ ਫਲਾਵਰ ਇਸ ਫਲਾਵਰ ਦੀਆਂ ਸ਼ਾਇਦ ਹੋਰ ਵੀ ਕਿਸਮਾਂ ਹੋਣ, ਪਰ ਮੈਂ ਹੁਣ ਤੱਕ ਦੋਸਤੋ ਇਹਨਾਂ ਹੀ ਕਿਸਮਾਂ ਦੇ ਜਿਹੜੇ ਇਹ ਫਲਾਵਰ ਦੇਖ ਸਕਿਆ ਹਾਂ ਦੋਸਤੋ। ਸਤੰਬਰ ਤੋਂ ਲੈ ਕੇ ਦੋਸਤੋ ਦਸੰਬਰ ਤੱਕ ਇਹ ਫਲਾਵਰਾਂ ਦੇ ਨਾਲ ਪਲਾਂਟ ਚੰਗੀ ਤਰ੍ਹਾਂ ਭਰ ਜਾਂਦੇ ਨੇ। ਅਖੀਰ ਮਾਰਚ ਤੱਕ ਦੋਸਤੋ ਇਹ ਜਿਹੜੇ ਫਲਾਵਰ ਆ ਉਹ ਚਲੇ ਜਾਂਦੇ ਆ, ਬੂਟੇ ਸੁੱਕ ਜਾਂਦੇ ਨੇ। ਦੋਸਤੋ ਜੇਕਰ ਅਸੀਂ ਇਸ ਫਲਾਵਰ ਪਲਾਂਟ ਦੇ ਫਲਾਵਰਾਂ ਦੀ ਸਜਾਵਟ ਦੇ ਪੱਖੋਂ ਮਹੱਤਤਾ ਦੇਖੀਏ ਤਾਂ ਇਹ ਹੁੰਦਾ ਹੈ ਕਿ ਜਦੋਂ ਇਸ ਦੇ ਫਲਾਵਰ ਸ਼ੁਰੂ ਦੇ ਵਿੱਚ ਆਉਂਦੇ ਆ ਤਾਂ ਅਖੀਰ ਤੱਕ ਦੋਸਤੋ ਲੰਬਾ ਸਮਾਂ ਉਹੀ ਫਲਾਵਰ ਆ ਜਿਹੜੇ ਅਖੀਰ ਤੱਕ ਰਹਿੰਦੇ ਨੇ। ਅਤੇ ਦੋਸਤੋ ਸਜਾਵਟ ਦੇ ਪੱਖੋਂ ਗੁਲਦਸਤਿਆਂ ਦੇ ਵਿੱਚ ਵੀ ਇਹਦੇ ਫਲਾਵਰਾਂ ਨੂੰ ਇਸਦੀ ਟਹਿਣੀ ਤੋਂ ਵੱਖ ਕਰਕੇ ਗੁਲਦਸਤਿਆਂ ਦੇ ਵਿੱਚ ਸਜਾ ਕੇ ਪੇਸ਼ ਕੀਤਾ ਜਾਂਦਾ, ਕਿਉਂਕਿ ਦੋਸਤੋ ਇਹਦੇ ਫਲਾਵਰ ਇਹਦੀ ਟਹਿਣੀ ਦੇ ਨਾਲੋਂ ਵੱਖ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਦੇਰ ਤੱਕ ਜ਼ਿੰਦਾ ਰਹਿੰਦੇ ਆ, ਸੁੱਕਦੇ ਨਹੀਂ, ਮੁਰਝਾਉਂਦੇ ਨਹੀਂ। ਦੋਸਤੋ ਜੇਕਰ ਇਸ ਫਲਾਵਰ ਪਲਾਂਟ ਦੀ ਦਵਾਈ ਦੇ ਵਿੱਚ ਆਪਾਂ ਮਹੱਤਤਾ ਬਾਰੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਵੈਦ ਨੇ ਉਹ ਇਸਦੇ ਬਰੀਕ ਕਾਲੇ ਰੰਗ ਦੇ ਬੀਜਾਂ ਨੂੰ ਕੱਢ ਕੇ ਉਸਦੀ ਦਵਾਈ ਤਿਆਰ ਕਰਦੇ ਨੇ, ਜੋ ਕਿ ਬਵਾਸੀਰ ਤੋਂ ਜੋ ਖੂਨ ਵਗਣਾ ਸ਼ੁਰੂ ਹੋ ਜਾਂਦਾ ਦੋਸਤੋ ਉਸ ਖੂਨ ਨੂੰ ਰੋਕਣ ਦੇ ਲਈ ਇਸ ਦੀ ਦਵਾਈ ਬਣਾਈ ਜਾਂਦੀ ਆ। ਅਤੇ ਹੋਰ ਵੀ ਦੋਸਤੋ ਜਿਵੇਂ ਪੇਚਸ ਵਰਗੇ ਰੋਗ ਹੁੰਦੇ ਆ ਉਹਨਾਂ ਨੂੰ ਠੀਕ ਕਰਨ ਦੇ ਲਈ ਇਹਦੀ ਦਵਾਈ ਦੀ ਜਿਹੜੀ ਮੈਡੀਸਨ ਦਾ ਉਪਯੋਗ ਕੀਤਾ ਜਾਂਦਾ ਹੈ ਆਯੁਰਵੇਦਿਕ ਦੇ ਵਿੱਚ। ਦੋਸਤੋ ਭਾਰਤ ਦੇ ਵਿੱਚ ਇਸ ਪਲਾਂਟ ਦੀ ਜਿਹੜੀ ਵਰਤੋਂ ਆ ਸਿਰਫ ਉਹ ਬੂਟੇ ਲਗਾਉਣ ਦੇ ਵਿੱਚ ਕੀਤੀ ਜਾਂਦੀ ਆ, ਪਰ ਦੋਸਤੋ ਬਹੁਤ ਹੀ ਘੱਟ ਲੋਕ ਇਸ ਤੋਂ ਜਾਣੂ ਨੇ ਕਿ ਬਾਹਰਲੇ ਜਿਹੜੇ ਦੇਸ਼ਾਂ ਦੇ ਵਿੱਚ ਜਿਵੇਂ ਮੈਕਸੀਕੋ, ਅਫਰੀਕਾ 'ਤੇ ਇਸ ਦਾ ਜਿਹੜੀ ਵਰਤੋਂ ਆ ਉਹ ਸਬਜ਼ੀਆਂ ਵਿੱਚ ਵੀ ਕੀਤੀ ਜਾਂਦੀ ਆ। ਦੋਸਤੋ ਇਸ ਦੇ ਪੱਤੇ ਦਾ ਸਵਾਦ ਪਾਲਕ ਦੀ ਤਰ੍ਹਾਂ ਹੁੰਦਾ ਅਤੇ ਇਸ ਨੂੰ ਦੋਸਤੋ ਕਾਲੀ ਮਿਰਚ ਆਦਿ ਦੇ ਨਾਲ ਪਕਾ ਕੇ ਚੰਗੀ ਤਰ੍ਹਾਂ ਭੋਜਨ ਦਾ ਹਿੱਸਾ ਬਣਾ ਲਿਆ ਜਾਂਦਾ ਹੈ ਰਸੋਈ ਘਰ ਦੇ ਵਿੱਚ। ਦੋਸਤੋ ਅੱਜ ਦੀ ਸਾਡੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਦੱਸਣਾ, ਅਤੇ ਵੀਡੀਓ ਨੂੰ ਲਾਇਕ, ਸ਼ੇਅਰ, ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ। ਦੋਸਤੋ ਤੁਹਾਡੇ ਨਾਲ ਅਸੀਂ ਇੱਦਾਂ ਦੀਆਂ ਹੀ ਵਧੀਆ ਵਧੀਆ ਵੀਡੀਓ ਤੁਹਾਨੂੰ ਦਿਖਾਉਂਦੇ ਰਹਿਣੇ ਹਾਂ। ਤਦ ਤੱਕ ਦੇ ਲਈ ਦੋਸਤੋ ਦਿਓ ਜਾ ਧੰਨਵਾਦ ਦੋਸਤੋ, ਥੈਂਕ ਯੂ, ਬਾਏ ਬਾਏ।